ਦੇਖੋ ਮੈਂ ਇੱਕ ਚੀਜ਼ ਸਮਝਦਾ ਕਿ ਬਹੁਤ ਘਿਨਾਉਣਾ ਕੰਮ ਹੈ ਕਿ ਇਸ ਤਰੀਕੇ ਜਿਹੜਾ ਬੰਦਾ ਲੋਕਾਂ ਦੀ ਹਰ ਵੇਲੇ ਸੇਵਾ ਲਈ ਤਤਪਰ ਰਹਿੰਦਾ ਹੋਵੇ, ਲੋਕਾਂ ਦੀ ਮਦਦ ਕਰਦਾ ਹੋਵੇ, ਔਰ ਉਹਨੂੰ ਇਸ ਤਰੀਕੇ ਦਿਨ ਦਿਹਾੜੇ ਜਿਹੜਾ ਕਤਲ ਕਰ ਦਿੱਤਾ ਜਾਣਾ ਸ਼ਰੇਆਮ ਬਾਜ਼ਾਰ ਦੇ ਵਿੱਚ, ਮੈਂ ਇਹਦੇ ਲਈ ਸਰਕਾਰ ਨੂੰ ਕਹੂੰਗਾ ਵੀ ਲੱਖ ਲਾਹਨਤ ਹੈ। ਔਰ ਮੈਂ ਸਰਕਾਰ ਦਾ ਕ੍ਰਾਈਟੀਰੀਆ ਪੁੱਛਣਾ ਚਾਹੁੰਦਾ ਅੱਜ ਤੁਹਾਡੇ ਰਾਹੀਂ, ਔਰ ਮੇਰੇ ਮੁਤਾਬਕ ਜੋ ਮੈਂ ਇੱਥੇ ਸੁਣਿਆ ਸਾਰਿਆਂ ਦੇ ਵਿੱਚ, ਇੱਕ ਸਿਆਸੀ ਕਤਲ ਹੈ ਕਿ ਕਿਸ ਤਰੀਕੇ ਮੈਂ ਜਦੋਂ ਤੈਨੂੰ ਦੇਖਦਾ ਆਇਆ, ਮੈਨੂੰ ਮਤਲਬ 20-25 ਸਾਲ ਮੈਨੂੰ ਵੀ ਹੋ ਗਏ, ਅਸੀਂ ਇਕੱਠਿਆਂ ਹੀ ਸਿਆਸੀ ਜੀਵਨ ਸਾਰਿਆਂ ਨੇ ਸ਼ੁਰੂ ਕੀਤਾ ਸੀਗਾ, ਔਰ ਇਹਨੂੰ ਹਮੇਸ਼ਾ ਸੋਨੂੰ ਨੂੰ ਕਿ ਜਦੋਂ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਬੜੇ ਤਰੀਕੇ ਮਤਲਬ ਯੂਜ਼ ਕੀਤਾ ਜਾਂਦਾ, ਔਰ ਖੀਰ ਦੇ ਵਿੱਚ ਯੂਜ਼ ਕਰਕੇ ਜਦੋਂ ਬੰਦਾ ਜਿੱਤ ਜਾਂਦਾ ਅਤੇ ਸੁੱਟ ਦਿੱਤਾ ਜਾਂਦਾ ਨਾ ਜਿਵੇਂ ਕਿਸੇ ਨੂੰ, ਕਿਉਂਕਿ ਉਹ ਲੋਕਾਂ ਦੇ ਵਿੱਚ ਪੈਠ ਇੰਨੀ ਜ਼ਿਆਦਾ 20-25 ਪਿੰਡਾਂ ਦੇ ਵਿੱਚ ਰੱਖਦਾ ਸੀਗਾ ਕਿ ਇਸ ਤੋਂ ਬਿਨਾਂ ਕਿਸੇ ਦੀ ਇਲੈਕਸ਼ਨ ਜਿੱਤੀ ਵੀ ਨਹੀਂ ਸੀ ਜਾਂਦੀ। ਔਰ ਮੇਰੇ ਮੰਨਣ ਮੁਤਾਬਕ ਇਹ ਇੱਕ ਸਿਆਸੀ ਕਤਲ ਹੈ। ਮੈਂ ਨਹੀਂ ਕਹਿੰਦਾ ਕਿ ਕਿਸੇ ਸਿਆਸੀ ਬੰਦੇ ਨੇ ਕਿਸੇ ਨੂੰ ਕਿਹਾ ਹੋਊਗਾ ਉਹਨੂੰ ਮਾਰ ਦੇ, ਪਰ ਸਿਆਸੀ ਜਿਸ ਤਰੀਕੇ ਦੀਆਂ ਦੁਸ਼ਮਣੀਆਂ ਪੈਦਾ ਕੀਤੀਆਂ ਗਈਆਂ, ਜਿਸ ਤਰੀਕੇ ਨੂੰ ਉਲਝਾਇਆ ਗਿਆ, ਜਿਸ ਤਰੀਕੇ ਬੰਦਿਆਂ ਨੇ ਮਾਰਿਆ, ਜੇ ਜਾਂਚ ਲੰਮੀ ਚੱਲੇ ਔਰ ਇਹਦੀ ਤਹਿ ਤੱਕ ਜਾਇਆ ਜਾਵੇ ਤਾਂ ਕੁਝ ਨਾ ਕੁਝ ਸਿਆਸੀ ਬੰਦੇ ਵੀ ਇਹਦੇ ਵਿੱਚ ਜ਼ਰੂਰ ਨਿਕਲਣਗੇ। ਔਰ ਦੂਜਾ ਮੈਂ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹੁੰਦਾ ਕਿ ਇੱਥੇ ਛੋਟੇ ਤੋਂ ਛੋਟਾ ਕਲਾਕਾਰ ਹੈ ਨਾ, ਚਾਹੇ ਉਹਦੀ ਫਿਲਮ ਚੱਲਦੀ ਆ, ਚਾਹੇ ਉਹਦਾ ਗਾਣਾ ਚੱਲਦਾ ਨਹੀਂ ਚੱਲਦਾ, ਉਹਦੇ ਕੋਲ 20-20 ਗਨਮੈਨ ਅਤੇ 20-20 ਸਿਕਿਉਰਿਟੀ ਵਾਲੇ ਕਮਾਂਡੋ ਲਈ ਫਿਰਦਾ, ਉਹ ਕਿਹੜੇ ਕ੍ਰਾਈਟੀਰੀਆ 'ਚ ਦਿੱਤੇ ਜਾਂਦੇ ਨੇ, ਉਹਨਾਂ ਨੂੰ ਕਿਸ ਮਾਪਦੰਡ ਦੇ ਵਿੱਚ ਦਿੱਤੇ ਜਾਂਦੇ ਨੇ। ਪਰ ਜਦੋਂ ਇਹੋ ਜਿਹੇ ਬੰਦੇ ਜਿਹੜੇ ਲੋਕਾਂ 'ਚ ਵਿਚਰਦੇ ਨੇ, ਜਿਨ੍ਹਾਂ ਦੀਆਂ 20 ਦੁਸ਼ਮਣੀਆਂ ਵੀ ਪੈਂਦੀਆਂ ਨੇ, ਲੋਕਾਂ ਦੇ ਕੰਮ ਕਰਨ ਲੱਗਿਆ ਮਾੜੇ ਅੰਸਰਾਂ ਦਾ ਇਹ ਵਿਰੋਧ ਵੀ ਕਰਦੇ ਨੇ, ਔਰ ਉਹਨਾਂ ਦੀ ਆਪਾਂ ਜੇ ਸੁਰੱਖਿਆ ਵੀ ਨਹੀਂ ਕਰ ਸਕਦੇ, ਉਹਨਾਂ ਨੂੰ ਆਪਾਂ ਸਾਂਭ ਕੇ ਵੀ ਨਹੀਂ ਰੱਖ ਸਕਦੇ ਇਸ ਪੰਜਾਬ ਲਈ, ਤਾਂ ਫਿਰ ਇਹ ਕੋਈ ਮਤਲਬ ਚੰਗਾ ਰਾਜ ਨਹੀਂ ਹੈਗਾ। ਪੰਜਾਬ ਦੇ ਹਾਲਾਤ ਜਿਹੜੇ ਉਹ ਵੱਧ ਤੋਂ ਬਦਤਰ ਹੁੰਦੇ ਜਾਂਦੇ ਨੇ। ਔਰ ਇੱਥੇ ਸੁਣਨ 'ਚ ਮੈਨੂੰ ਕਿੰਨਾ ਕੁਝ ਆ ਰਿਹਾ ਸੀਗਾ, ਸੋਨੂੰ ਦੇ ਰਿਸ਼ਤੇਦਾਰ ਨੇ ਕੋ ਟੀਸੇ ਖਾਂ ਤੋਂ ਆਏ ਸੀਗੇ, ਉਹਨਾਂ ਨੇ ਮੈਨੂੰ ਦੱਸਿਆ ਜਿਹੜੀਆਂ ਚੀਜ਼ਾਂ ਦੇ ਉੱਤੇ ਗੌਰ ਕਰਨ ਵਾਲੀ, ਇਸ ਤੋਂ ਹੀ ਤੁਸੀਂ ਸਬਕ ਲੈ ਲਓ ਯਾਰ, ਤੁਹਾਨੂੰ ਲਾਹਨਤ ਪੈਣੀ ਚਾਹੀਦੀ ਹੈ ਵੀ ਇਹਦੇ ਤੋਂ ਅੱਗੋਂ ਹੀ ਸਬਕ ਲੈ ਲਓ ਕਿ ਇਸ ਤਰੀਕੇ ਲੋਕਾਂ ਨੂੰ ਲੁੱਟਿਆ ਨਾ ਜਾਵੇ, ਲੋਕਾਂ ਨੂੰ ਕੁੱਟਿਆ ਨਾ ਜਾਵੇ, ਲੋਕਾਂ ਨੂੰ ਮਾਰਿਆ ਨਾ ਜਾਵੇ। ਉੱਥੋਂ ਮੈਨੂੰ ਉਹਨਾਂ ਨੇ ਦੱਸਿਆ ਕਿ ਸਾਡੇ ਇਲਾਕੇ 'ਚ 20-25 ਵਪਾਰੀਆਂ ਨੂੰ ਫਰੌਤੀਆਂ ਦੇ ਫੋਨ ਆਏ, ਔਰ ਬੰਦੇ ਪੁਲਿਸ ਕੋਲ ਜਾਂਦੇ ਨੇ, ਪੁਲਿਸ ਕਰਦੀ ਕੁਛ ਨਹੀਂ, ਡਰਦੇ ਪੈਸੇ ਉਹ ਦੇਈ ਜਾਂਦੇ ਨੇ। ਇੱਕ ਬੰਦੇ ਕੋਲੋਂ 25 ਲੱਖ ਰੁਪਈਆ ਮੰਗਿਆ ਗਿਆ, ਉਹਨੇ ਕਿਹਾ ਜੀ ਮੇਰੇ ਕੋਲ 2 ਲੱਖ ਲੈ ਲਓ। ਅੱਗੋਂ ਉਹਨੂੰ ਕੀ ਕਿਹਾ ਜਾਂਦਾ ਵੀ 2.5 ਲੱਖ ਰੁਪਈਆ ਤਾਂ ਭੋਗ 'ਤੇ ਲੱਗ ਜਾਂਦਾ, ਉਹ ਵੀ ਤਾਂ ਲਾਉਣਾ ਹੈ ਨਾ, ਸਾਨੂੰ ਪੈਸੇ ਜਿਹੜੇ ਉਹ ਵਧਾ ਕੇ ਦੇ। ਇਸ ਤਰੀਕੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ। ਮੈਂ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਜੇ ਤੁਸੀਂ ਪੰਜਾਬ ਦੀ ਜਨਤਾ ਦੀ ਰਾਖੀ ਨਹੀਂ ਕਰ ਸਕਦੇ, ਪੰਜਾਬ ਦੀ ਜਨਤਾ ਦੇ ਨਾਲ ਖਲੋ ਨਹੀਂ ਸਕਦੇ, ਫਿਰ ਸਾਡੇ ਕਮ ਸੇ ਕਮ ਟੈਕਸ ਲੈਣੇ ਹੀ ਬੰਦ ਕਰ ਦਿਓ ਯਾਰ। ਸਾਡੇ ਟੈਕਸ ਲੱਗਦੇ ਨੇ, ਸਾਡੇ ਟੈਕਸ ਦੇ ਨਾਲ ਤੁਸੀਂ ਪੁਲਿਸ ਵਾਲਿਆਂ ਨੂੰ ਤਨਖਾਹਾਂ ਦਿੰਦੇ ਹੋ, ਤੁਸੀਂ ਆਪਣੇ ਜਿਹੜੇ ਤਾਮ ਝਾਮ ਲੈ ਕੇ ਚੱਲਦੇ ਹੋ ਉਹ ਸਾਰਾ ਜਨਤਾ ਦੇ ਟੈਕਸਾਂ ਦੇ ਨਾਲ ਚੱਲਦਾ, ਫਿਰ ਸਾਡੇ ਕੋਲੋਂ ਸਾਡਾ ਕਿਸ ਤਰੀਕੇ ਲੋਕਾਂ ਨੂੰ ਦਿਨ ਦਿਹਾੜੇ ਮਾਰ ਦਿੱਤਾ ਜਾਂਦਾ, ਔਰ ਕੋਈ ਬੰਦਾ ਆਵਾਜ਼ ਚੁੱਕਣ ਨੂੰ ਤਿਆਰ ਨਹੀਂ। ਅਸੀਂ ਪਿੰਡ ਪਿੰਡ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਵੀ ਯਾਰ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ, ਨਾ ਤੁਹਾਡਾ ਕਿਸੇ ਨੇ ਨਸ਼ਾ ਛਡਾਉਣਾ, ਨਾ ਤੁਹਾਡੀ ਕਿਸੇ ਨੇ ਤੁਹਾਨੂੰ ਕੋਈ ਕੰਮ ਕਰ ਦੇਣਾ। ਸਾਰੇ ਬੱਚੇ ਬਾਹਰ ਜਾ ਰਹੇ ਆ, ਜਿਹਦੇ ਕੋਲ ਪੈਸੇ ਹੈਗੇ ਉਹ ਬਾਹਰ ਚੱਲ ਜਾਂਦਾ, ਜਿਹਦੇ ਕੋਲ ਪੈਸੇ ਨਹੀਂ ਉਹ ਇੱਥੇ ਰਹਿੰਦਾ ਵਾ। ਤੁਹਾਨੂੰ ਆਪ ਹੀ ਜੂਝਣਾ ਪੈਣਾ। ਇਹਨਾਂ ਨੂੰ ਤਾਂ ਮੌਜ ਲੱਗੀ ਆ ਕਿ ਨਸ਼ਾ ਦਿਓ, ਵੋਟਾਂ ਲਓ, ਆਟਾ ਦਾਲ ਦਿਓ, ਵੋਟਾਂ ਲਓ। ਇਹਦੇ ਲਈ ਪੰਜਾਬੀਆਂ ਨੂੰ ਆਪ ਜੂਝਣਾ ਪੈਣਾ। ਪੰਜਾਬ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਰਹਿ ਗਏ। ਦੂਜੀ ਆਪਾਂ ਵਾਰ ਵਾਰ ਤੁਲਨਾ ਕਰਦੇ ਹਾਂ ਯੂਪੀ ਦੇ ਨਾਲ ਕਿ ਯੋਗੀ ਨੇ ਸਾਰੇ ਗੈਂਗਸਟਰ ਖਤਮ ਕਰਤੇ। ਤੁਸੀਂ ਇੱਥੋਂ ਤੱਕ ਸੁਣਨ 'ਚ ਆਉਂਦਾ ਵੀ ਯੂਪੀ ਤੋਂ ਜਿੱਥੇ ਜਿੱਥੇ ਸਰਕਾਰਾਂ ਦੀ ਸਖਤੀ ਉੱਥੋਂ ਗੈਂਗਸਟਰ ਭੱਜ ਕੇ ਅਤੇ ਪੰਜਾਬ ਦੇ ਵਿੱਚ ਆ ਗਏ, ਆਪਣਾ ਇੱਥੇ ਉਹਨਾਂ ਨੇ ਆਪਣੇ ਸਾਧਨ ਬਣਾ ਲਏ ਆ, ਲੋਕ ਚੁੱਪ ਚੁਪੀਤੇ ਉਹਨਾਂ ਨੂੰ ਪੈਸੇ ਦਿੰਦੇ ਆ। ਔਰ ਤੁਲਨਾ ਆਪਾਂ ਯੂਪੀ ਨਾਲ ਕਰਦੇ ਹਾਂ, ਪਰ ਯੂਪੀ ਕੋਲ ਬਹੁਤ ਵੱਡੀ ਪਾਵਰ ਆ, CBI ਉਹਦੇ ਅੰਡਰ, ਸੁਪਰੀਮ ਕੋਰਟ ਉਹਦੇ ਅੰਦਰ, ਉਹ ਪ੍ਰਵਾਹ ਹੀ ਨਹੀਂ ਕਰਦਾ ਮਤਲਬ ਸੁਪਰੀਮ ਕੋਰਟ ਦੀ ਵੀ ਕਿਸੇ ਦੀ ਵੀ। ਇਹ ਸਾਰਿਆਂ ਨੂੰ ਮਿਲ ਬਹਿ ਕੇ ਇਹਦੇ ਉੱਤੇ ਰਣਨੀਤੀ ਬਣਾਉਣੀ ਪਊਗੀ ਕਿ ਕਿਸ ਤਰੀਕੇ ਦੇ ਨਾਲ ਮਤਲਬ ਜੂਝਿਆ ਜਾਣਾ, ਲੜਿਆ ਜਾਣਾ, ਕਿਸ ਤਰੀਕੇ ਲੋਕਾਂ ਦਾ ਬਚਾਅ ਹੋਣਾ ਵਾ। ਇਹ ਵੱਖਰੀ ਤਰ੍ਹਾਂ ਦਾ ਇੱਕ ਅੱਤਵਾਦ ਹੈ ਕਿ ਲੋਕਾਂ ਨੂੰ ਲੁੱਟਿਆ ਵੀ ਜਾਂਦਾ, ਲੋਕ ਪੈਸੇ ਵੀ ਦਿੰਦੇ ਨੇ। ਅੱਜ ਮੈਨੂੰ ਫੋਨ ਆ ਜਾਵੇ
ਮੈਂ ਕਹੂੰਗਾ ਮੈਂ ਤੁਹਾਡੇ ਨਾਲ ਲੜਨ ਨੂੰ ਤਿਆਰ ਹਾਂ। ਉਸ ਤੋਂ ਬਾਅਦ ਕੀ ਕਿਹਾ ਜਾਂਦਾ, ਤੇਰਾ ਬੱਚਾ ਉੱਥੇ ਪੜ੍ਹਦਾ, ਤੇਰੀ ਬੇਟੀ ਉੱਥੇ ਪੜ੍ਹਦੀ ਹੈ। ਅਖੀਰ ਬੰਦਾ ਸਰੈਂਡਰ ਕਰ ਦਿੰਦਾ ਹੈ ਕਿ ਜਾਓ ਯਾਰ ਮੇਰੇ ਕੋਲ ਜੋ ਲੈਣਾ ਲੈ ਲਓ। ਇਸ ਤਰੀਕੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ। ਅੱਜ ਉਹਦੀ ਡੈੱਡ ਬੋਡੀ ਇੱਥੇ ਪਈ, ਮਤਲਬ ਬੇਟੀ ਉਹਦੀ ਬਾਹਰ ਹੈ, ਵਾਈਫ ਉਹਦੀ ਆਉਣ ਵਾਲੀ ਹੈ। ਕੀ ਤੁਸੀਂ ਪੰਜਾਬ ਦੇ ਹਾਲਾਤ ਬਣਾ ਦਿੱਤੇ ਯਾਰ? ਸਾਰਿਆਂ ਨੂੰ ਇਹ ਸੋਚ ਸਮਝ ਜ਼ਰੂਰ ਚਾਹੀਦੀ ਹੈ, ਇਹਦੇ ਉੱਤੇ ਮਤਲਬ ਫੋਕਸ ਕਰਨਾ ਚਾਹੀਦਾ। ਬੇਫਜ਼ੂਲ ਦੇ ਵਿੱਚ ਲੋਕਾਂ ਨੂੰ ਜਿਹੜੀ ਸਿਕਿਉਰਟੀ ਦਿੱਤੀ ਹੈ, ਜਿਨ੍ਹਾਂ ਲੋਕਾਂ ਨੂੰ ਲੋੜ ਹੈ ਉਹਨਾਂ ਨੂੰ ਸਿਕਿਉਰਟੀ ਦੇਣੀ ਚਾਹੀਦੀ ਹੈ, ਉਹਨਾਂ ਦੇ ਨਾਲ ਖਲੋਣਾ ਚਾਹੀਦਾ। ਪਹਿਲੀ ਗੱਲ, ਮੈਂ ਇੱਕ ਚੀਜ਼ ਸਿੱਧੂ ਮੂਸੇਵਾਲੇ ਦੇ ਪਿੰਡ ਗਿਆ ਸੀਗਾ, ਉਦੋਂ ਵੀ ਮੈਂ ਬੋਲੀ ਸੀ ਕਿ ਇਕੱਲੇ ਇਕੱਲੇ ਨੂੰ ਸਿਕਿਉਰਟੀ ਦਿੱਤੀਆਂ ਵੀ ਪੰਜਾਬ ਦਾ ਨਹੀਂ ਸਰਨਾ। ਮਤਲਬ ਮਜ਼ਾ ਤਾਂ ਹੈ ਜੀਣ ਦਾ, ਹੱਕ ਤਾਂ ਹੈ ਕਿ ਇਕੱਲਾ ਇਕੱਲਾ ਬੰਦਾ ਪੰਜਾਬ ਦੇ ਵਿੱਚ ਸਿਕਿਉਰ ਮਹਿਸੂਸ ਕਰੇ। ਇਕੱਲੇ ਇਕੱਲੇ ਨੂੰ ਸਿਕਿਉਰਟੀ ਨਹੀਂ ਦਿੱਤੀ ਜਾ ਸਕਦੀ, ਉਹਦੇ ਉੱਤੇ ਸਾਰਾ ਕੁਝ ਗੌਰ ਕਰਨ ਦੀ ਲੋੜ ਆ, ਇਹਨਾਂ ਚੀਜ਼ਾਂ ਦੇ ਉੱਤੇ ਰਣਨੀਤੀ ਬਣਾਉਣ ਦੀ ਲੋੜ ਹੈ। ਅੱਜ ਇਸ ਸਰਕਾਰ ਤੋਂ ਬਾਅਦ ਮੇਰੇ ਖਿਆਲ ਕਿਨਵਾਂ ਜਿਹੜਾ ਇਹ ਕਤਲ ਹੋ ਗਿਆ ਇਸ ਤਰੀਕੇ, ਵੱਡੀਆਂ ਹਸਤੀਆਂ ਦਾ, ਸਿੱਧੂ ਮੂਸੇਵਾਲੇ ਦਾ ਹੋਇਆ ਸੀਗਾ ਅੰਮ੍ਰਿਤਸਰ ਦੇ ਵਿੱਚ, ਉਹ ਗੁਰਦੀਪ ਭਲਵਾਨ ਦਾ ਕਤਲ ਹੋ ਗਿਆ ਸੀਗਾ, ਅੱਜ ਇਹ ਕਤਲ ਹੋ ਗਿਆ। ਮਤਲਬ ਇਹੋ ਜਿਹੇ ਕਈ ਨੇ ਜਿਹੜੇ ਤੁਹਾਡੇ ਦਿਮਾਗ 'ਚ ਵੀ ਲੋਕ ਮਤਲਬ ਉਹਨੂੰ ਭੁੱਲ ਜਾਂਦੇ ਨੇ। ਸੋ ਮੇਰੀ ਭਗਵੰਤ ਮਾਨ ਨੂੰ ਇੱਕ ਖਾਸ ਨਸੀਹਤ ਵੀ ਹੈ, ਮੇਰੀ ਉਹਨੂੰ ਖਾਸ ਤੌਰ ਦੇ ਉੱਤੇ ਬੇਨਤੀ ਵੀ ਕਹਿ ਲਓ ਕਿ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾ, ਜਿਹੜੇ ਚੀਜ਼ ਜਿਹੜੇ ਚਾਹੇ ਤੁਹਾਡੇ ਵਿਰੋਧੀ ਵੀ ਨੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ। ਜਿਸ ਤਰ੍ਹਾਂ ਮਰਜ਼ੀ ਅਸੀਂ ਆਪਣੀ ਸੁਰੱਖਿਆ ਕਰੀਏ। ਔਰ ਦੂਜੀ ਚੀਜ਼, ਮੈਂ ਇੱਕ ਗੱਲ ਫਿਰ ਆਪਣੀ ਗੱਲ ਦੁਹਰਾਉਣ ਲੱਗਾ ਜੋ ਮੇਰੇ ਧਿਆਨ 'ਚ ਆਇਆ। ਮੈਂ ਇੱਕ ਇਨਵੈਸਟੀਗੇਸ਼ਨ ਅਫਸਰ ਨਹੀਂ ਹਾਂ, ਪਰ ਸਾਰੇ ਲੋਕਾਂ ਕੋਲ ਤੁਹਾਨੂੰ ਵੇਖਣ ਨੂੰ ਸੁਣਨ ਨੂੰ ਪਤਾ ਲੱਗਦਾ। ਮੈਨੂੰ ਇੱਕ ਸਰਕਾਰ ਦੱਸ ਦਿਓ, ਪਿਛਲੀਆਂ ਸਰਕਾਰਾਂ ਦੇ ਵਿੱਚ ਕਿਹੜੀ ਸਰਕਾਰ ਹੈ ਜਿਹਨੇ ਸੋਨੂ ਨੂੰ ਵਰਤ ਕੇ ਅਤੇ ਉਸ ਤੋਂ ਬਾਅਦ ਉਹਦੇ ਉੱਤੇ ਪਰਚੇ ਨਾ ਦਿੱਤੇ ਹੋਣ? ਪਿੱਛੇ ਜੇ ਉਹਨੇ 2012 'ਚ ਇੱਕ ਯਾਦ ਕੈਂਡੀਡੇਟ ਦੀ ਮਦਦ ਕੀਤੀ ਸੀ, ਉਸ ਤੋਂ ਬਾਅਦ ਅਕਾਲੀ ਗੌਰਮੈਂਟ ਦੇ ਵੇਲੇ 10 ਤੋਂ 12 ਪਰਚੇ ਉਹਦੇ ਉੱਤੇ ਦਰਜ ਕੀਤੇ ਗਏ। ਮਤਲਬ ਕਿਸੇ ਦੀ ਤੁਸੀਂ ਮਰਜ਼ੀ ਨਾਲ ਮਦਦ ਵੀ ਨਹੀਂ ਕਰ ਸਕਦੇ, ਕਿਸੇ ਨੂੰ ਜਿਤਾ ਮਤਲਬ ਹਰਾ ਵੀ ਨਹੀਂ ਸਕਦੇ। ਇਹ ਕਿਹੋ ਜਿਹਾ ਰਾਜ ਹੈ? ਕੋ ਕਿਮ ਜੋਂਗ ਦਾ ਰਾਜ ਹੈ? ਕੋ ਸਦਾਮ ਹੁਸੈਨ ਬੈਠਾ ਯਾਰ, ਤੁਸੀਂ ਜੋ ਮਰਜ਼ੀ ਕਰੀ ਜਾ ਰਹੇ ਹੋ। ਹੁਣ ਵੀ ਤੁਸੀਂ ਦੇਖੋ ਉਹਨੇ ਤੁਹਾਡੇ ਲੋਕਲ MLA ਦੀ ਵੀ ਮਦਦ ਕੀਤੀ, ਉਸ ਤੋਂ ਬਾਅਦ ਕਿਸ ਤਰੀਕੇ ਉਹਨੂੰ ਪਿਛਾਂ ਸੁੱਟਿਆ ਗਿਆ। ਹੁਣ ਪਿੱਛੇ ਜੇ ਉਹਦੇ ਬੇਟੇ ਦਾ ਝਗੜਾ ਆਇਆ, ਮੇਰੇ ਖਿਆਲ ਉਹਦੇ ਕੋਲ ਚੱਲਿਆ ਵੀ ਨਹੀਂ ਜਾ ਰਿਹਾ। ਮੈਂ ਵੀ ਇੱਕ ਦਿਨ ਉਹਦੇ ਨਾਲ ਪੁਲਿਸ ਕਮਿਸ਼ਨਰ ਕੋਲ ਗਿਆ ਸੀਗਾ, ਉਹਨੇ ਪਹਿਲੇ ਦਿਨ ਪੁਲਿਸ ਕਮਿਸ਼ਨਰ ਪਹਿਲੇ ਨੂੰ ਕਿਹਾ ਸੀਗਾ ਕਿ ਕੇਸ ਰਜਿਸਟਰਡ ਤਾਂ ਕਰਿਓ ਜੇ ਮੈਨੂੰ ਨਿਆਂ ਮਿਲਣਾ। ਉਸ ਤੋਂ ਬਾਅਦ ਉਹਨਾਂ ਦੀਆਂ ਇਨਕੁਆਇਰੀਆਂ ਲਾ ਕੇ ਉਹ ਬਾਹਰ ਨਹੀਂ ਆਉਣੇ, ਅਤੇ ਉਸ ਤੋਂ ਬਾਅਦ ਉਹ ਜੂਝਦਾ ਰਿਹਾ ਆਪਣੇ ਬੱਚੇ ਲਈ ਵੀ, ਅਤੇ ਅਜੇ ਤੱਕ ਉਹਨੂੰ ਉਹ ਇਨਸਾਫ ਨਹੀਂ ਮਿਲਿਆ। ਫਿਰ ਇਹ ਕਿਸ ਤਰੀਕੇ? ਦੂਜਾ ਮੈਂ ਤੁਹਾਨੂੰ ਹੁਣ ਲੈਟਰ ਦਿਖਾਈ ਆ, ਮੇਰੇ ਫੋਨ 'ਚ ਸਾਰੇ ਆ ਚੁੱਕੀਆਂ ਨੇ ਐਪਲੀਕੇਸ਼ਨ ਤਾਂ। ਆਹ ਦੇਖੋ ਧਿਆਨ ਦੇਣ ਵਾਲੀ ਗੱਲ ਕਿ ਕਿੰਨੀਆਂ ਉਹਨੇ ਐਪਲੀਕੇਸ਼ਨ ਦਿੱਤੀਆਂ ਨੇ ਸਰਕਾਰ ਨੂੰ ਕਿ ਮੈਨੂੰ ਗਨਮੈਨ ਦਿੱਤੇ ਜਾਣ, ਮੇਰੀ ਜਾਨ ਨੂੰ ਖਤਰਾ ਹੈ। ਔਰ ਇਹਦੇ ਵਿੱਚ ਇੱਕ ਪੁਲਿਸ ਅਫਸਰ ਲਿਖ ਰਿਹਾ ਜਿਹੜਾ SSP ਹੈ ਤਰਨ ਤਾਰਨ ਦਾ, ਵੀ ਇਹਨੇ ਇੱਕ ਯਾਦ ਕੈਂਡੀਡੇਟ ਦੀ ਮਦਦ ਕੀਤੀ ਸੀ, ਇਹਨੂੰ ਬਹੁਤ ਜ਼ਿਆਦਾ ਖਤਰਾ ਹੈ, ਇਹਨੂੰ ਸਿਕਿਉਰਟੀ ਦਿੱਤੀ ਜਾਵੇ ਅਤੇ 2 ਗਨਮੈਨ ਮੁਹੱਈਆ ਕਰਾਏ ਜਾਣ। ਉਸ ਤੋਂ ਬਾਅਦ ਥੋੜ੍ਹੀ ਦੇਰ ਲਈ ਉਹਨੂੰ ਗਨਮੈਨ ਮਿਲਦੇ ਵੀ ਨੇ। ਮੈਂ ਪੁੱਛਣਾ ਚਾਹੁੰਦਾ CM ਨੂੰ ਵੀ ਬ੍ਰਦਰ, ਜਿਹੜੀ ਘਟਨਾ ਵਾਪਰੀ ਹੈ, ਇਸ ਘਟਨਾ ਨੇ ਪੂਰੇ ਤਰਨ ਤਾਰਨ ਜ਼ਿਲ੍ਹੇ 'ਚ, ਮੈਂ ਕਹਿੰਦਾ ਇਕੱਲਾ ਝਬਾਲ ਹੀ ਨਹੀਂ, ਇਕੱਲਾ ਚੀਮਾ ਪਿੰਡ ਨਹੀਂ, ਪੂਰੇ ਤਰਨ ਤਾਰਨ ਜ਼ਿਲ੍ਹੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ। ਅਤੇ ਬਹੁਤ ਮੈਂ ਸਮਝਦਾ ਵੀ ਅੱਤ ਨਿੰਦਣਯੋਗ ਘਟਨਾ ਵਾ। ਇੰਨਾ ਵਧੀਆ ਜਿਹੜਾ ਸਾਡਾ ਇਹ ਭਰਾ ਸੋਨੂੰ ਚੀਮਾ ਜੀ, ਜਿਹੜਾ ਹਮੇਸ਼ਾ ਲੋਕਾਂ ਦੇ ਕੰਮ ਆਉਂਦਾ ਸੀ, 24 ਘੰਟੇ ਲੋਕਾਂ ਦੀ ਸੇਵਾ ਕਰਦਾ ਸੀ, ਅਤੇ ਮੈਂ ਕਹਿੰਦਾ ਵੀ ਉਹਨਾਂ ਨੇ ਸੋਨੂੰ ਚੀਮੇ ਦਾ ਕਤਲ ਨਹੀਂ ਕੀਤਾ, ਇੱਕ ਸੰਸਥਾ ਦਾ ਕਤਲ ਕੀਤਾ ਵਾ, ਇੱਕ ਸੰਸਥਾ ਜਿਹੜੀ ਉਹ ਖਤਮ ਹੋਈ ਆ। ਅਤੇ ਮੈਂ ਜਿਹੜੇ ਲੋਕ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸੇ ਧੀ ਦਾ ਬਾਪ, ਕਿਸੇ ਬੇਟੇ ਦਾ ਬਾਪ, ਕਿਸੇ ਪਤਨੀ ਦਾ ਪਤੀ ਵਾਪਸ ਕਰ ਸਕਦੇ ਹੋ? ਕੀ ਤੁਹਾਡੀ ਦੁਸ਼ਮਣੀ ਆ ਇਹੋ ਜਿਹੇ ਸਾਡੇ ਭਰਾਵਾਂ ਨਾਲ?